किस कदर है बनाया हसी मुस्तफा। हर खतीब ने हुजूर की अजमत बयान की थी मिसाल दे के, लेकिन मैं एक मिसाल देने लगा, गल समझावना चाहना, ये समझ लगे कोई हाथ भी तले न रवे, कोई जुबान भी खामोश न रवे, कि किस कदर है बनाया हसी मुस्तफा, किस कदर है बनाया हसी मुस्तफा। मुस्तफा जान दे या खुदा जान दे, सलामत रहो किस कदर है बनाया हसी मुस्तफा। मुस्तफा जान दे या खुदा जान दे, किस कदर है बनाया हसी मुस्तफा। मुस्तफा जान दे या खुदा जान दे, उस दी अजमत समझ विच किवें आसिया, उस दी अजमत समझ विच किवें आसिया। तवज्जो मेरे वल, उस दी अजमत समझ विच किवें आसिया। ओ जेड़ा ना लैने अरशाते पा जान दे, उस दी अजमत समझ विच किवें आसिया। जेड़ा ना लैने अरशा ਦੀ ਤਵਜੋ ਕਿ ਜਿਸ ਦੀ ਜ਼ੁਲਫਾਂ ਨੂੰ ਵੱਲ ਆਖੇ ਖੁਦਾ, ਹੋ ਜਿਸ ਦੀ ਜ਼ੁਲਫਾਂ ਨੂੰ ਵੱਲ ਆਖੇ ਖੁਦਾ, ਹੋ ਜਿਸ ਦੀ ਜ਼ੁਲਫਾਂ ਨੂੰ ਵੱਲ ਆਖੇ ਖੁਦਾ, ਹੋ ਵੱਲ ਕਮਰ ਹੈ ਪੇਸ਼ਾਨੀ ਤੇ ਮੁਖ ਵਾ ਜ਼ੁਹਾ, ਹੋ ਨਾਤ ਖਾਨਾ ਖਤੀ ਬਸ ਵਿੱਚ ਨਹੀਂ, ਨਾਤ ਖਾਨਾ ਖਤੀਬਾ ਦੇ ਬਸ ਵਿੱਚ ਨਹੀਂ। ਉਸ ਦੀ ਤਾਰੀਫ ਕੁਰਾਨ ਸੁਣਾ ਜਾਣ ਦੇ, ਨਾਤ ਖਾਨਾ ਖਤੀਬਾ ਦੇ ਬਸ ਵਿੱਚ ਨਹੀਂ। ਉਸ ਦੀ ਤਾਰੀਫ ਕੁਰਾਨ ਸੁਣਾ ਜਾਣ ਦੇ, ਔਰ ਸਹੀ ਦੇ ਦਰਬਾਰ ਵੀ ਕਿਆ ਬਾਤ ਹੈ। ਸ਼ੇਰ ਸੁਣੋ, ਸਮਝ ਲੱਗਿਆ, ਸਮਝ ਲੱਗੀ ਤੇ ਫਿਰ ਪਤਾ ਲੱਗਣਾ ਚਾਹੀਦਾ ਹਜ਼ੂਰ ਦੇ ਦੀਵਾਨੇ ਮੌਜੂਦ ਨੇ, ਕਿ ਸਾਈਂ ਦੇ ਦਰਬਾਰ ਆਲੀ ਦੀ ਕਿਆ ਬਾਤ ਹੈ। ਉਹ ਜਿੱਥੇ ਤੁਲਦੀ ਨਾ ਔਕਾਤ ਤੇ ਜ਼ਾਤ ਹੈ, ਸਾਈਂ ਦੇ ਦਰਬਾਰ ਆਲੀ ਦੀ ਕਿਆ ਬਾਤ ਹੈ। ਉਹ ਜਿੱਥੇ ਤੁਲਦੀ ਨਾ ਔਕਾਤ ਤੇ ਜ਼ਾਤ ਹੈ, ਭਾਵੇਂ ਹਬਸ਼ੇ ਚੋਂ ਵਿਖਦਾ ਗੁਲਾਮਾ ਵਣੇ, ਭਾਵੇਂ ਹਬਸ਼ੇ ਚੋਂ ਵਿਖਦਾ ਗੁਲਾਮਾ ਵਣੇ, ਉਹਨੂੰ ਕਾਬੇ ਦੀ ਛੱਤ ਤੇ ਚੜ੍ਹਾ ਜਾਣ ਦੇ, ਭਾਵੇਂ ਹਬਸ਼ੇ ਚੋਂ ਵਿਖਦਾ ਗੁਲਾਮਾ ਵਣੇ, ਉਹਨੂੰ ਕਾਬੇ ਦੀ ਛੱਤ ਤੇ ਚੜ੍ਹਾ ਜਾਣ ਦੇ। ਸ਼ੇਰ ਪੇਸ਼ ਕਰਨ ਲੱਗਾ ਤੇ ਮੈਨੂੰ ਕਹਿਣਾ ਤਾਂ ਪਵੇ ਕਿ ਤੂੰ ਸੁਭਾਨ ਲਾਖਣੀ, ਸ਼ੇਰ ਮੁਕੰਮਲ ਹੋਵੇ ਤਾਂ ਪਤਾ ਲੱਗ ਜਾਏ ਤੁਹਾਨੂੰ ਸ਼ੇਰ ਸਮਝ ਲੱਗ ਗਿਆ ਹੈ। ਕਿ ਜਿਹੜਾ ਪੱਥਰਾਂ ਨੂੰ ਕਲਮੇ ਪੜ੍ਹਾ ਜਾਣ ਦੇ, ਹੋ ਜਿਹੜਾ ਪੱਥਰਾਂ ਨੂੰ ਕਲਮੇ ਪੜ੍ਹਾ ਜਾਣ ਦੇ, ਮੁਰਦਗੋ ਤੂੰ ਗਵਾਇਆਂ ਦਿਵਾ ਜਾਣ ਦੇ, ਉਹ ਖੁਦਾ ਕਮਲੀ ਵਾਲੇ ਨੂੰ ਰੋਜ਼ੇ ਅਦਰ, ਉਹ ਖੁਦਾ ਕਮਲੀ ਵਾਲੇ ਨੂੰ ਰੋਜ਼ੇ ਅਦਰ, ਉਮਤੀਆਂ ਦਾ ਸਲਾਮ ਸੁਣਾ ਜਾਣ ਦੇ, ਉਹ ਖੁਦਾ ਕਮਲੀ ਵਾਲੇ ਨੂੰ ਰੋਜ਼ੇ ਅਦਰ, ਉਮਤੀਆਂ ਦਾ ਸਲਾਮ ਸੁਣਾ ਜਾਣ ਦੇ। ਕਿਸ ਕਦਰ ਹੈ ਬਣਾਇਆ ਹਸੀ ਮੁਸਤਫਾ, ਮੁਸਤਫਾ ਜਾਣ ਦੇ।